ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋਂ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਹਰੜ ਕਲਾਂ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਝੋਟੀ ਅਤੇ 5 ਕੁ ਦੇ ਕਰੀਬ ਜਿਹੜੀਆਂ ਗਾਵਾਂ ਤੁਹਾਨੂੰ ਵਿਖਾਉਣੀਆਂ ਵਾ। ਇੱਕ ਐਂਡ 'ਤੇ ਗਾਂ ਤੁਹਾਨੂੰ ਵਿਖਾਉਣੀ ਹੈ, ਬਿਲਕੁਲ ਨੋਰਮਲ ਜੇ ਰੇਟ 'ਚ, ਬਿਲਕੁਲ ਹੌਲੇ ਭਾਅ 'ਚ ਕੱਤਾ ਜੀ ਸੂਈ ਗਾਂ ਤੁਹਾਨੂੰ ਦਿਖਾਉਣੀ ਹੈ। ਜੇ ਹੁਣੇ ਹੀ ਸੂਈ ਆ, ਬਸ ਹੱਲੇ ਸੂ ਕੇ ਹੀ ਹਟੀ ਆ, ਜੇਰ ਜਿਹੜੀ ਹੱਲੇ ਦੀ ਪੈਣ ਵਾਲੀ ਆ। ਹਾਂ, ਦੇਖ ਸਕਦੇ ਜੇ ਹੁਣੇ ਹੀ ਸੂਈ ਆ। ਇਹ ਤੁਹਾਨੂੰ ਐਂਡ 'ਤੇ ਬੜੇ ਹੌਲੇ ਜੇ ਭਾਅ 'ਚ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਵੀਰ ਜੀ ਹੁਣਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ? ਠੀਕ ਠਾਕ ਵਧੀਆ ਜੀ, ਤੁਸੀਂ ਸਭ ਠੀਕ ਠਾਕ ਹੀ ਜੇ? ਵੇਖ ਗਿਆ ਫਿਰ ਮਾਲ ਉਦਣ? ਮਾਲ ਭਾਜੀ ਉਦਣ ਹੀ ਵੇਖ ਗਿਆ। ਅੱਛਾ, ਹਾਂਜੀ ਉਦਣ ਵੀ 7-8 ਪਸ਼ੂ ਪਾਏ ਸੀ ਆਪਾਂ, ਸਾਰੀਆਂ ਵੇਖੀਆਂ ਸੀ? 7-8 ਹਾਂਜੀ ਵੇਖੀਆਂ, ਸਾਰੀਆਂ ਵੇਖੀਆਂ। ਠੀਕ ਹੈ। ਹਾਂਜੀ, ਮਾਲ ਤਾਂ ਆਪਣੀਆਂ ਲੋਕਾਂ ਦਾ ਵੱਧ ਤੋਂ ਵੱਧ ਇਕੱਠਾ ਕਰੀਏ, ਤੁਹਾਨੂੰ ਪਤਾ ਫਿਰ ਮਿਲਦਾ ਘੱਟ ਜੀ। ਹਾਂਜੀ ਹਾਂਜੀ, ਹੁਣ ਵੀ ਅਸ ਭੱਜ ਨੱਠ ਕਰਕੇ 3 ਅੱਜ ਹੀ ਲੈ ਕੇ ਆਇਆ ਮੈਂ। ਅੱਜ ਗਿਫਟ ਵੀ ਦੇ ਦੇਣਾ ਇੱਕ ਹੈ ਰੈਂਟ ਭਾਜੀ ਦੇਣਾ। ਹਾਂਜੀ ਠੀਕ ਹੈ। ਉਹ ਤੇ ਮਨਜੋਤ ਕਹਿੰਦਾ ਸੀ ਸਕੂਲੇ ਚਲ ਗਿਆ, ਮੈਂ ਕਿਹਾ ਜਿਹੜੀ ਇੱਕ ਗਿਫਟ ਦਈਏ, ਮੈਂ ਕਿਹਾ ਕੋਈ ਨਹੀਂ ਅੱਜ ਦੇ ਦੇਣੇ ਗਿਫਟ। ਹਾਂ, ਸਕੂਲ ਘੱਲਤਾ ਜੀ ਉਹਨਾਂ ਸਕੂਲ ਗਿਆ ਜੀ। ਹਾਂਜੀ ਠੀਕ ਹੈ, ਗਿਫਟ ਦੇ ਦਾਂਗੇ ਆਪਾਂ, ਲਾਸਟ ਤੇ ਵਿਖਾ ਦਿੰਨੇ ਹੋ ਗਿਫਟ। ਠੀਕ, ਚਲੋ ਨਾਮ ਦੱਸ ਤੇ ਕਰੀ ਆਪਣਾ। ਨਾਮ ਭਾਜੀ ਮੇਰਾ ਬਗੀਚਾ ਸਿੰਘ ਜੀ। ਹਾਂਜੀ, ਪਿੰਡ ਹਰੜ ਕਲਾਂ, ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲ ਦਿਓ। ਫੋਨ ਨੰਬਰ 9593-64-209। ਠੀਕ ਹੈ। ਅੱਜ ਵਿੱਚੋਂ ਕਈਆਂ ਪਸ਼ੂਆਂ ਨੇ ਝੱਬੂ ਵੀ ਨਹੀਂ ਪਾਏ। ਝੱਬੂ ਜੇ ਹਰਪ੍ਰੀਤ ਜੀ ਆਏ ਜੀ ਡੰਗਰ। ਅੱਛਾ, ਤੇ ਫਿਰ ਤੁਸੀਂ ਹੁਣ ਕਿਨੂੰ ਆ ਗਏ? ਹਜੇ ਅੱਧਾ ਘੰਟਾ ਹੀ ਆਇਆ ਡੰਗਰਾਂ ਆਇਆਂ ਨੂੰ। ਅੱਛਾ, ਮੈਂ ਫਿਰ ਇਤਰਾ ਹੀ, ਮੈਂ ਚਲੋ ਜਿਤਰਾ ਆਏ ਇਤਰਾ ਹੀ ਵੇਚ ਦਿੰਦੇ। ਚਲੋ, ਅੱਛਾ ਜਿਹੜੀਆਂ ਆਈਆਂ ਆਈਆਂ ਜਦੋਂ ਆਈਆਂ ਅਜੇ ਉਹਨਾਂ ਨੂੰ ਫਿਰ ਲੱਗਾ ਝੁਕੂਆਂ ਦਾ। ਠੀਕ ਹੈ। ਹਾਂਜੀ, ਆ ਝੋਟੀ ਡਰਦੀ ਵੀ ਥੋੜ੍ਹਾ, ਸਾਡੇ ਤਾਂ ਕਾਫੀ ਆ। ਹਾਂਜੀ ਹਾਂਜੀ ਹਾਂਜੀ, ਬਾਕੀ ਥੱਲੇ ਬੜੀ ਸਫਾਈ ਜੇ। ਕਿੰਨਵਾਂ ਸੂਆ ਜੀ ਵਿੱਧੀ ਇਹਦਾ? ਵਿੱਧੀ ਦੂਜਾ ਸੂਆ ਸੁਣੀ ਜੀ। ਅੱਛਾ, ਦੂਸਰਾ ਸੂਆ ਸੁਣੀ ਆ। ਦੂਜਾ ਸੂਆ ਸੁਣੀ। ਤੇ ਕਿੰਨਾ ਕੁ ਟਾਈਮ ਖੜਦੀ ਜੇ ਸੂਣ ਚ? ਇਹਦਾ ਜੀ ਦੇਖੋ ਨਾ, ਹਫਤਾ ਹੈਗਾ ਜੀ ਝੋਟੀ ਦਾ। ਹਫਤਾ ਹੈਗਾ ਆ? ਹਾਂਜੀ, ਹਫਤਾ ਹੈਗਾ। ਤੇ ਦੁੱਧ ਕਿੰਨਾ ਚਵਾ ਜੂਗੀ? ਦੁੱਧ ਭਾਜੀ 12 ਕਿਲੋ ਦਿੰਦੀ ਰਹੀ ਜੀ ਪਹਿਲਾਂ। ਅੱਛਾ, ਘਰ ਵਾਲਿਆਂ ਦੇ ਮੁਤਾਬਕ। ਠੀਕ ਆ, ਐਰ ਕੀ ਵੱਧ ਦੁੱਧ, ਝੋਟੀ ਸਪਾਈਸ ਹੋਈ ਚੰਗੀ ਆ। ਠੀਕ, ਤੋਰੀਆਂ ਵਿੱਧੀਆਂ ਕਰੀ ਫਿਰ ਆਪਾਂ ਇਹਨੂੰ? ਵੀਰ ਜੀ ਬਾਕੀ ਤੋੜਨ ਦੀ ਗੱਲ ਪਈ, ਇਹਦਾ ਗੱਡੀ ਚੋਂ ਲਾਈ ਆ, ਥੋੜੀ ਡਰਦੀ ਜੀ। ਅੱਛਾ, ਡਰਨ ਕਰਕੇ ਮੈਂ ਫੇਰ ਨਾ, ਮੰਨ ਲਓ ਡਰੇ ਥੋੜੀ, ਡਰਨ ਕਰਕੇ ਆ। ਠੀਕ ਹੈ, ਵਿਖਾ ਦਿਓ ਵੀ, ਕੋਈ ਚੱਕਰ ਨਹੀਂ ਹੈਗਾ। ਇਸ ਤਰ੍ਹਾਂ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਡਰਦੀ ਥੋੜੀ ਜੀ ਆਈ ਹੈ ਨਾ ਜੀ। ਹਾਂ, ਦੇਖ ਸਕਦੇ ਜੀ, ਅਸੀਂ ਘਰੋਂ ਨਹੀਂ ਨਾ ਡੰਗਰ ਬਾਹਰ ਬੋਲ ਕੇ ਕੱਢੇ ਦੇ। ਬਾਕੀ ਘਰਾਂ 'ਚ ਜਦੋਂ ਪਸ਼ੂ ਕਈ ਵਾਰੀ ਆਉਂਦੇ ਆ ਤੇ ਉਦੋਂ ਜਿਹੜਾ ਵਾ ਪਸ਼ੂ ਆਮ ਅਕਸਰ ਡਰ ਜਾਂਦੇ। ਥੱਲਿਓਂ ਜਿਹੜੀ ਕਾਫੀ ਸੋਹਣੀ ਤਿਆਰ ਹੁੰਦੀ ਆ, ਉੱਧਰ ਨੂੰ ਕਰਿਓ ਵੀ ਦੀ ਥੋੜ੍ਹੀ ਜੀ ਇੱਕ ਵਾਰੀ। ਹਾਂ, ਦੇਖ ਸਕਦੇ ਜੀ, ਠੀਕ ਹੈ ਜੀ। ਤੇ ਇਹਦਾ ਮੁੱਲ ਕੀ ਰੱਖਣਾ ਜੀ ਵੀਰ ਜੀ? ਫਿਰ ਮੁੱਲ ਤੇ ਵੀਰ ਜੀ ਇਹਦਾ ਜਿੰਨੇ ਦੇ ਦੁੱਧ ਵਾਲੀ ਝੋਟੀ ਆ, ਹਾਂਜੀ, ਮੁੱਲ ਤੇ ਭਾਵੇਂ 80 ਵੀ ਕਰ ਲਈਏ, 75 ਵੀ, 70,000 ਰੁਪਈਆ ਜੀ ਇਹਦਾ। ਅੱਛਾ, 70,000? ਹਾਂਜੀ, 70,000 ਮਾਣ ਵਿੱਚ ਹੋ ਜੂ। 70 ਮਾਣ ਭਾਜੀ ਕਰ ਦਾਂਗੇ 2-3 ਹਜ਼ਾਰ ਦਾ। ਠੀਕ ਹੈ ਜੀ, ਕੋਈ ਫੋਨ ਲਾਵੇ ਹਨਾ ਇੱਕ ਵਾਰੀ? ਹਾਂਜੀ, ਕੋਈ ਵੀਰ ਭਰਾ ਲਾਵੇ। 70 ਚੋਂ ਕੋਈ 2-3 ਹਜ਼ਾਰ ਦਾ ਮਾਣ ਵੀਰ ਜੀ ਨੇ ਕਹਿੰਦੇ ਕਿ ਦੁੱਧ ਵਾਲੀ ਜੀ। ਬਾਕੀ ਕੱਦ ਕਾਠ ਵੀ ਚੰਗਾ ਵਾ ਤੇ ਬਾਕੀ ਥੋੜਾ ਡਰਦੀ ਆ, ਉਹਦੇ ਕਰਕੇ ਜਿਹੜੀ ਖੋਲੀ ਨਹੀਂ ਆ ਕਿ ਕਿਤੇ ਭੱਜ ਨਾ ਜਾਵੇ। ਹਾਂ ਹਾਂ, ਬਸ। ਤੇ ਹੁਣ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ, ਆ ਜਰਸੀ ਗੱਬਨ ਜੇ ਵੀਰ ਜੀ? ਹਾਂਜੀ, ਇਹਦੇ ਭਾਈ ਹੈਗੇ 13-14 ਦੇ ਨਾ ਜਸਮੀ। ਚੰਗੇ ਕੱਦ ਕਾਠ ਵਾਲੀ ਹੈ ਨਾ? ਵਧੀਆ ਜੀ, ਹਾਂਜੀ, ਦੁੱਧ ਵਾਲੀ ਆ ਵੈੜ। ਤੇ ਕਿੰਨਾ ਕੁ ਦੁੱਧ ਚਵਾ ਦੋਗੀ? ਦੁੱਧ ਭਾਜੀ ਉਹਨਾਂ ਦੀ ਜ਼ਬਾਨੀ ਤਾਂ ਹੈਗਾ ਵੀ 18-20 ਕਿਲੋ ਅਸੀਂ ਚੋਇਆ ਏ। ਅੱਛਾ, ਘਰ ਵਾਲਿਆਂ ਦੀ ਜ਼ਬਾਨੀ। ਠੀਕ ਹੈ, ਆਪਾਂ ਨੂੰ ਵੀ ਜਾਪਦੀ ਆ ਵੀ ਵੱਡੀ ਆ। ਹਾਂਜੀ ਹਾਂਜੀ, ਸਾਫ ਆ, ਵੇਖੋ ਤੁਸੀਂ ਵੀ ਆ ਕਿੰਨੀਆਂ ਢਿੱਲਾਂ ਢੋਲਾਂ ਵੇਖ ਲਓ ਕਿੰਨੀਆਂ ਜੀ। ਠੀਕ ਹੈ, ਬਾਕੀ ਉਦਾਂ ਵੀ ਸੀਲ ਠੰਡੀ ਆ। ਤੇ ਥਾਣੇ ਤੇ ਤੁਹਾਨੂੰ ਲਾਗੇ ਤੇ ਦਿਖਾ ਦਈਏ। ਤੇ ਇਹਦਾ ਕੀ ਮੁੱਲ ਰੱਖਣਾ ਜੀ? ਇਹਦਾ ਮੁੱਲ ਤੇ ਭਾਜੀ 45,000 ਕਰਦੇ ਜੀ। ਅੱਛਾ, ਤੇ ਬਾਕੀ ਕੋਈ ਨਹੀਂ, ਆਪਾਂ ਮਾਣ ਕਰ ਦਾਂਗੇ ਜਿੰਨਾ ਤੁਸੀਂ ਕਹੋਗੇ। ਮੌਕੇ ਤੇ ਕਿੰਨਾ ਕੁ ਕਰ ਦੋਗੇ? 2,000 ਕਰ ਦਈਏ ਭਾਜੀ। 2,000 ਕੇ ਹੋਰ ਕਰ ਦੋਗੇ? ਕਰ ਦਿੰਦੇ ਹੋਰ, ਦੱਸ ਯਾਰ ਹੋ ਜੂ ਹੋਰ? ਹਾਂ ਭਾਜੀ, ਕਰ ਦਿੰਦੇ ਯਾਰ। ਅੱਛਾ, ਹਾਂਜੀ, 42,000 ਦੀ ਹੋ ਜੂਗੀ? ਹਾਂ, 42 ਚੋਂ ਵੀ 500 ਕਰ ਦਾਂਗੇ ਭਾਜੀ। ਅੱਛਾ, ਚਲੋ ਮੌਕੇ ਤੇ ਹੋਰ ਹੋ ਜੂਗਾ, ਕੋਈ ਫੋਨ ਲਾਵੇ ਹਨਾ ਇੱਕ ਵਾਰੀ। ਹਾਂਜੀ ਬਿਲਕੁਲ, ਚਲੋ ਬਾਕੀ ਇਹ ਵੀ ਵੈੜ ਹਰਪ੍ਰੀਤ ਜੀ ਬੜੀ ਚੰਗੀ ਜੇ। ਹਾਂਜੀ ਹਾਂਜੀ, 42 ਕੋਈ ਭੈਣ ਭਰਾ ਲੈ ਖੜ ਕੇ ਸਾਂਭੂਗਾ ਤੇ ਨਜ਼ਾਰੇ ਲਊਗਾ। ਖੋਲੋ ਹਾਂ ਫਿਰ, ਤੋਰਦੀ ਹੈਗੀ ਵੀ ਜਿਹੜੀ ਜਰਸੀ ਆ। ਜਰਸੀ ਹਾਂਜੀ, ਵੱਡੀ ਵੈੜ ਆ, ਦਾਦ ਵਜਣ ਵਾਲੀ ਆ। ਤੇ ਮਾਨ ਤਾਨ ਜਿਹੜਾ ਹੋ ਜੂਗਾ, ਉਹ ਫੋਨ ਲਾਵੇ ਇੱਕ ਵਾਰੀ ਜ਼ਰੂਰ। ਇੱਕ ਮਿੰਟ ਵੀਰ ਜੀ ਰੋਕ ਦਿਓ, ਚਿਹਰਾ ਦਿਖਾ ਦਈਏ ਤਾਂ ਇੱਧਰ। ਹਾਂ, ਦੇਖ ਸਕਦੇ ਜੀ, ਠੀਕ ਹੈ ਵੀਰ ਜੀ, ਬੰਨ ਦਿਓ ਜੀ। ਅਤੇ ਬਾਕੀ ਇੱਧਰੋਂ ਵੀ ਇੱਕ ਵਾਰੀ ਦੇਖ ਸਕਦੇ ਜੀ, ਨਾੜਾਂ ਨੂੜਾਂ ਜਿਹੜੀਆਂ ਹਵਾ ਨੇਰੇ ਚੰਗੀਆਂ ਅਤੇ ਮਿਲਕ ਮੇਨ ਵੀ ਚੰਗੀ ਆ, ਅਤੇ ਉਂਝ ਵੀ ਕੱਦ ਕਾਠ ਵੀ ਜਿਹੜਾ ਚੰਗਾ ਆ। ਤੇ ਹੁਣ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਦੂਸਰੇ ਨੰਬਰ 'ਤੇ ਵੀ ਜੀ, ਇਹਦੀ ਵੀ ਆਪਾਂ ਦੱਸ ਦਿੰਦੇ ਗੱਲ। ਹਾਂਜੀ, ਪਿਛਲੀ ਵੀਡੀਓ 'ਚ ਪਾਈ। ਠੀਕ ਆ, ਠੀਕ ਆ।
बाकी वीडियो बनाने का टाइम जो हम अपना 11:15 का वा उस हिसाब से कोई 20 हवाना के अंदाजे ला ले। हवाना गांह वाले पास में ज़्यादा रखती है, कई बार हवाना की बनतरी जी यही होती है। तो हम एक होर आप तीसरे नंबर से एक गां तुम दिखाई है, दसिए विद्या के बारे। ये भी भाजी ये अपने को आई आ दिन दो के दिन आई नू। अच्छा ये थले ते बोला ही है जे 10 किलो तो बाहर ही है, तुसी 10 ला लो। अच्छा हां जी, किन्ना के चिर होया जी सुई नू? ये चौथा दिन जी, अज चौथा दिन बच्चा दा। हां जी, बच्चा की ते मगर बच्चा भाजी वो बच्चा दिखा देने बाद। चलो बच्चा भी ने दिखा देने आपा। थाना बड़ा प्यारा जेड़ा इहदे कोल, थाना दा साइज गैप जेड़ा काफी चंगा आ। ते ए किन्ना के दुध चवाई जाऊगी? ਮੇਰੇ ਹਿਸਾਬ ਨਾਲ ਭਾਈ 13-14 ਕਿਲੋ ਦਊਗੀ, ਵੈੜ ਚੰਗੀ ਬੜੀ ਆ। ਅੱਛਾ, ਤੇ ਬਾਕੀ ਚੂਣ ਚਵਾ ਬੜਾ ਜ਼ਿਆਦਾ ਜਿਹਦਾ। ਤੇ ਇਹਦਾ ਕੀ ਮੁੱਲ ਰੱਖਣਾ ਜੀ? ਇਹਦਾ ਮੁੱਲ ਭਾਜੀ ਕਰ ਨੂੰ ਭਾਵੇਂ 36 ਕਰੀਏ 36,000 ਦੇ ਦਾਂਗੇ। 36,000 ਦੀ ਦੇ ਦੋਗੇ? ਹਾਂਜੀ ਹਾਂਜੀ, ਮਾਨ ਤੇ ਮੌਕੇ ਤੇ ਹੋ ਜਾਊਗਾ। ਹੋਰ ਮਾਨ ਜਿੰਨਾ ਤੁਸੀਂ ਕਹਿੰਦੇ ਕਰ ਦਿੰਦੇ ਹੁਣੇ ਹੁਣੇ ਕਰ ਦੋਗੇ ਕਿ ਮੌਕੇ ਤੇ ਕਰ ਦਿਓ? ਜਦੋਂ ਤੁਸੀਂ ਕਹੋਗੇ ਜਿਤਨਾ ਤੁਹਾਡੀ ਮਰਜ਼ੀ। ਚਲੋ ਮੌਕੇ ਤੇ ਕਰ ਦਿਓ, ਮੌਕੇ ਤੇ 1000 ਰੁਪਏ ਭਾਈ ਛੱਡ ਦਾਂਗੇ ਹਨਾ। ਠੀਕ ਹੈ ਜੀ, ਚਲੋ ਫੋਨ ਲਾਵੇ ਕੋਈ ਇੱਕ ਵਾਰੀ, ਫੋਨ ਲਾਵੇ ਕੋ ਭੈਣ ਭਰਾ। ਮਾਨ ਤਾਂ ਜਿਹੜਾ ਇਹਦਾ ਹੋ ਜਾਊਗਾ। ਖੋਲੋ ਫਿਰ ਤੋਰ ਦਈਏ। हाइट जी ए काफी चंगी है, ताजी सुई है जी हले। हवाना जी आ गबन आ गई जी फिर जी हूँ। बाकी थल्ले जी चंगी तैयार होंगी है भी। तो थान बड़ा लाजवाब है ये को भी, थाना का साइज गैप देख सकते जी। तो यदा भी किन्व सूआ जी? ये दूजे सूए भाई सुनी जी। अच्छा जी, हाँ जी, ये किन्ना टाइम खड़ती जी सुन ची? ये मान लो मैं हफ्ता की खड़ूगी भाजी। अच्छा हाँ जी, दुध दुध वाली बड़ी भाजी वशी। किन्ना के दुध ਆਪਾਂ ਨੂੰ ਹਿਸਾਬ ਕਿਤਾਬ ਲੱਗਦਾ, ਕਹਿੰਦੇ 17-18 ਕਿਲੋ ਦੁੱਧ ਦਿੰਦੀ ਰਹੀ, ਅੱਗੋਂ ਚਲੋ 15-16 ਕਿਲੋ ਦੇ ਦਊਗੀ ਨਾ। ਅੱਛਾ, ਬਹੁਤਾ ਨਹੀਂ ਹੈ ਤੇ। ਚਲੋ ਖੋਲੋ ਹਾਂ ਫਿਰ ਤੋਰ ਦੀ, ਮੁੱਲੇ ਦਾ ਦੱਸ ਹੀ ਦਈਏ ਆਪਾਂ। ਮੁੱਲ ਭਾਜੀ ਦਾ 40,000 ਕਰਦੇ ਜੀ, ਤੇ ਬਾਕੀ 38,000 ਦੀ ਆਪਾਂ ਦੇ ਦਾਂਗੇ। ਸੀਲ ਠੰਡੀ ਵੀ ਬੜੀ ਹੈ। ਅੱਛਾ, ਉਂਜ ਠੰਡੀ ਤੇ ਰਹੀ ਆ। ਹਾਂਜੀ ਹਾਂਜੀ, 38,000 ਦੀ ਦੇ ਦੋਗੇ? ਮਾਨ ਤੇ ਵਿੱਚ ਹੋ ਜਾਊਗਾ? ਮਾਨ ਭਾਜੀ ਕਰਾਂਗੇ ਜ਼ਰੂਰ। ਠੀਕ ਹੈ, ਹਾਂਜੀ, ਮੌਕੇ ਤੇ ਮਾਨ ਜਿਹੜਾ ਹੋ ਜਾਊਗਾ। ਮੌਕੇ ਤੇ ਥੋੜਾ ਪਤਾ ਕਰ ਲਾਂਗੇ ਕੋਈ ਨਹੀਂ, ਕੋ ਫੋਨ ਇੱਕ ਵਾਰੀ ਲਾਵੇ ਜ਼ਰੂਰ। ਚਾਬੂ ਜਿਹੜਾ ਇਹਨਾਂ ਵੀ ਨਹੀਂ ਪਾਇਆ ਹਜੇ। ਚਾਬੂ ਭਾਈ ਇਹ ਆਈਆਂ ਹੀ ਆ ਨਾ, ਉਹਦੇ ਕਰਕੇ ਫਿਰ ਚਾਬੂ ਲਿਆ ਦੇਣੀ ਬਣਾਈ। ਥੱਲਿਆ ਹਵਾਨਾ ਜਿਹੜਾ ਚੰਗਾ ਖੁੱਲਾ ਤਿਆਰ ਕਰਨ ਦੀ ਆ। ਕੁਛ ਕੁਛ ਭਲਾ ਵੀ ਹੈਗੀਆਂ ਹਵਾਨੇ ਤੇ। ਬਾਕੀ ਹੁਣ ਐਂਡ ਤੇ ਜਿਹੜੀ ਇੱਕ ਰਹਿ ਗਈ ਆ, ਹਾਂਜੀ, ਤੇ ਇਹ ਵੀ ਹੁਣ ਤੁਹਾਨੂੰ ਦਿਖਾ ਦਈਏ।
ਜੇਰ ਜਿਹੜੀ ਹਲੇ ਦੀ ਪੈਣ ਵਾਲੀ ਆ ਜੇਰ ਪੈਣ ਵਾਲੀ ਆ ਪੂਰੀ ਉਦਾਂ ਹਜੇ ਪੂਰੀ ਨਹੀਂ ਜੇਰ ਠੀਕ ਹੈ ਥਾਣ ਦਿਖਾ ਦਈਏ ਇੱਕ ਮਿੰਟ ਵੀਰ ਜੀ ਹਾਂ ਦੇਖ ਸਕਦੇ ਥਾਣੇ ਦੇ ਲੱਗੇ ਤਾਂ खोल दो फिर तोर के दिखा दी दिखा देना बाकी खान थोन भी ठंडी तेरी है ना भाई बहुत ज्यादा दे अच्छा हां जी कोई गल ही नहीं ठीक है बाकी ताजी सुई है देखो भाई तरह मां दे सारे तारा में जड़ियां बिल्कुल साफ है कोई पूर छिट्टा नहीं के थन च ते है जड़ी ठंडी तेरी है ले आओ जी फिर खोल दो हां देख सकते जी थोड़ा का सफर ना सूखी है तो बाकी कुछ बच्चा भी जी नहीं कहते कि चुंग गया इन्हें बच्चा कुछ चुंग गया थोड़ा जी चुंगे तो थोड़ा जहा भी जी ने कहते कि चौके पाया भी है उस जेर जी जल्दी सुट दूगी हाँ बच्चा जी जरा यदा बाकी ਬਾਕੀ ਚਿਹਰਾ ਦੇਖ ਸਕਦੇ ਇਹਦਾ ਇੱਕ ਦੇਖ ਸਕਦੇ ਦੰਦ ਜਾਂ ਵਿਖਾਰੋ ਆ ਦੇਖ ਸਕਦੇ ਉਂਝ ਕੋਈ ਲੈ ਜਾਊਗਾ ਸਾਹ ਵਾਲਾ ਤੇ ਦੁੱਧ ਚੰਗਾ ਕੱਢੀ ਜਾਊਗੀ ਬੂਥੀ ਬਾਥੀ ਵੀ ਬੜੀ ਸੋਹਣੀ ਜੀ ਠੀਕ ਹੈ ਜੀ ਤੇ ਉਹਦਾ ਵਛਾ ਭਾਜੀ ਵਿਖਾ ਦਈਏ ਕਿ ਉਹਦਾ ਵਛਾ ਇੱਕ ਵਾਰੀ ਦਿਖਾ ਦਈਏ ਵਛਾ ਤੁਹਾਨੂੰ ਆਪਾਂ ਦਿਖਾਇਆ ਨਹੀਂ ਹੈ ਤੇ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਵੇਚ ਚਾਹ ਕੇ ਆਪਣੀ ਸਮਝ ਦੇ ਹਿਸਾਬ ਨਾਲ ਆਪਣੀ ਜ਼ਿੰਮੇਵਾਰੀ ਤੇ ਕੋਈ ਵੀ ਪਸ਼ੂ ਖੜੇ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਹੈ ਉਹ ਜਿਹੜੀ ਵਹਿੜ ਆਪਾਂ ਖਾਈ ਉਹਦਾ ਜੀ ਬੱਚਾ ਨਾੜੂ ਵੀ ਨਾਲ ਹੀ ਜੇ ਚੌਥਾ ਜਣਾ ਆਸੀ ਜੀ ਹਾਂਜੀ ਠੀਕ ਹੈ ਜੀ